ਸਾਡੇ ਘਰ ਅੱਜ 6:15 ਦੀ ਗੱਲ ਆ, ਸਾਰੇ ਸੁੱਤੇ ਪਏ ਸੀਗੇ ਅਤੇ ਕੰਧ ਡਿੱਗ ਪਈ ਸੀ ਘਰ ਦੀ, ਅਤੇ 4 ਜਣੇ ਜ਼ਖਮੀ ਹੋਏ, ਮੇਰੀਆਂ 2 ਸਿਸਟਰਾਂ, ਮੰਮੀ ਅਤੇ ਪਾਪਾ ਮੇਰੇ। ਨੁਕਸਾਨ ਭਾਅ ਜੀ ਕਾਫੀ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਹਾਂਜੀ, ਬਾਰਿਸ਼ ਕਰਕੇ ਭਾਅ ਜੀ ਪਾਣੀ ਭਰਿਆ ਪਿਆ ਸੀ ਪਿੱਛੇ ਘਰ ਦੇ ਪਿੱਛੇ, ਉਹਦੇ ਕਰਕੇ ਬਾਰਿਸ਼ ਹੋਣ ਕਰਕੇ ਮੀਂਹ ਦੇ ਵਿੱਚ ਪਾਣੀ ਪੈ ਕੇ ਡਿੱਗੀ, ਕੰਧ ਡਿੱਗੀ ਹੈ। ਪਿਛਲੇ ਪਾਸੇ ਪੈਲੀ ਸੀ ਜੀ, ਹਾਂਜੀ, ਉਹ ਸਾਰਾ ਪਾਣੀ ਜਾਂਦਾ ਰਿਹਾ ਅਤੇ ਉਹਦੇ ਕਰਕੇ ਫਿਰ ਕੰਧ ਡਿੱਗੀ ਥੱਲੇ। ਨਹੀਂ, ਲੈਂਟਰ ਦਾ ਡਿੱਗਾ ਨਹੀਂ, ਲੈਂਟਰ ਥੋੜ੍ਹਾ ਟੇਢਾ ਹੋ ਗਿਆ, ਲੈਂਟਰ ਦਾ ਬਚਾਇਆ, ਡਿੱਗਣ 'ਤੇ ਖਤਰਾ ਹੀ ਹੈ ਲੈਂਟਰ ਦਾ ਵੀ। ਹਾਂਜੀ, ਸਾਰੇ ਤਿੰਨੇ ਮੇਰੇ ਸਿਸਟਰ, ਮੇਰੀ, ਮੇਰੇ ਪਾਪਾ, ਮੰਮਾ ਮੇਰੇ, ਤਿੰਨੇ ਕੰਧ ਥੱਲੇ ਹੀ ਮੈਂ ਕੱਢੇ ਸਾਰੇ, ਸਾਡੇ ਪਿੰਡ ਦੇ ਮੁੰਡੇ ਨਾਲ ਲੱਗ ਕੇ ਸਾਰਿਆਂ ਨੇ ਕਢਵਾਇਆ ਜੀ। ਹਾਂਜੀ, ਹਾਂਜੀ, ਸੱਟਾਂ ਮੇਰੇ ਮੰਮਾ ਮੇਰੇ ਦੇ, ਮੇਰੇ ਸਿਸਟਰ ਦੇ, 2 ਸਿਸਟਰ ਦੇ, 1 ਪਾਪਾ ਦੇ। ਹਾਂਜੀ, ਸੱਟਾਂ ਲੱਗੀਆਂ ਜੀ। ਗੱਲ ਪਤਾ ਹੋਈ, ਪਾਣੀ ਸੁੱਤੇ ਸੀ ਉਹ ਰਾਤ, ਅਤੇ ਪਾਣੀ ਨਾਲ ਹੀ ਕੰਧ ਜਿਹੜੀ ਉਹ ਬਾਰਿਸ਼ ਨਾਲ ਬਹੁਤ ਖਰਾਬ ਹੋ ਗਈ, ਸੁੱਤਿਆਂ ਪਿਆਉਣ 'ਤੇ ਡਿੱਗ ਪਈ, ਅਤੇ ਰੋਲੀ ਰਾਲੀ ਪਾਈ ਨਿਆਣਿਆਂ ਲੋਕਾਂ ਸਿਰ ਕਾਢੇ ਕੁੜੀ ਦਿੱਤੀ, ਅਤੇ ਮੂੰਹ ਹੀ ਦੇਖਦੇ ਸੀ ਉਹ, ਅਤੇ ਉਹ ਤਰ੍ਹਾਂ ਦੇ ਕੋਈ ਦੇਖਦਾ ਨਹੀਂ ਬੰਦਾ। ਨਿਸ਼ਾਨ ਨੂੰ ਵੀ ਸੱਟ ਲੱਗੀ, ਦੂਜੇ ਸਾਰਿਆਂ ਨੂੰ ਲੱਗ ਗਈਆਂ ਸੱਟਾਂ, 4 ਜੀ ਆ। 5ਵਾਂ ਤਾਂ ਵਿਚਾਰਾ ਪਾਣੀ 'ਚ ਡਿੱਗਾ ਸੀ, ਪਾਣੀ 'ਚੋਂ ਕੱਢ ਕੇ ਲਿਆਉਂਦਾ ਵਿਚਾਰੇ ਮੁੰਡਿਆਂ ਨੇ। ਹਵੇਲੀ 'ਚ ਪੱਠੇ, ਸਾਡੀ ਹਵੇਲੀ ਆ, ਨਾਲ ਆਪਾਂ ਪੱਠੇ ਪਾਉਂਦੇ ਪਏ ਹਾਂ, ਇਹਨਾਂ ਦੀਆਂ ਡਾਡਾ ਬਹੁਤ ਨਿਕਲੀਆਂ ਵਾ, ਅਤੇ ਉਹ ਕੰਧ ਜਿਹੜੀ ਸਾਰੀ ਇਹਨਾਂ ਦੇ ਉੱਤੇ ਡਿੱਗ ਗਈ ਆ। ਇਹਨਾਂ ਦਾ ਮੂੰਹ ਨਹੀਂ ਲੱਭਦਾ ਪਿਆ, ਬਸ ਥੋੜ੍ਹੇ ਥੋੜ੍ਹੇ ਵਾਲ ਲੱਭਦੇ ਪਏ ਸੀ, ਬਹੁਤ ਚਾਂਗਰਾ ਕੁੜੀਆਂ ਮਾਰਦੀਆਂ ਸੀ, ਫਿਰ ਮੇਰੇ ਘਰ ਵਾਲੇ ਨੇ ਰੌਲਾ ਰਾਲਾ ਪਾਇਆ, ਬੰਦੇ ਬੰਦੇ ਇਕੱਠੇ ਕੀਤੇ ਆ, ਉਹਨਾਂ ਨੂੰ ਕੱਢਿਆ ਵਾ, ਅਤੇ ਘਰ ਵਾਲਾ ਤਾਂ ਉਹਨਾਂ ਦਾ ਅੱਗੇ ਹੈਂਡੀਕੈਪ ਸੀ, ਅਤੇ ਉਹ ਵਿਚਾਰੀ ਆਪ ਕਰਦੀ, ਆਪ ਕਮਾਉਂਦੀ, ਆਪ ਖਾਂਦੀ ਸੀ, ਅਤੇ ਹੁਣ ਵਿਚਾਰੇ ਕਿਸ ਤਰ੍ਹਾਂ ਖਾਣਗੇ। ਹੁਣ ਉਹਨਾਂ ਨੂੰ ਗੁਰਦਾਸਪੁਰ ਲੈ ਗਿਆ, 2 ਜਣੇ ਕਲਾ ਨੋ ਰਿਹਾ, 2 ਜਣੇ ਗੁਰਦਾਸਪੁਰ ਆ, 4 ਜਣਿਆਂ ਨੂੰ ਬਹੁਤ ਸੱਟਾਂ ਲੱਗੀਆਂ। ਸਾਡੇ ਘਰ ਅੱਜ 6:15 ਦੀ ਗੱਲ ਆ, ਸਾਰੇ ਸੁੱਤੇ ਪਏ ਸੀਗੇ ਅਤੇ ਕੰਧ ਡਿੱਗ ਪਈ ਸੀ ਘਰ ਦੀ, ਅਤੇ 4 ਜਣੇ ਜ਼ਖਮੀ ਹੋਏ, ਮੇਰੀਆਂ 2 ਸਿਸਟਰਾਂ, ਮੰਮੀ ਅਤੇ ਪਾਪਾ ਮੇਰੇ। ਨੁਕਸਾਨ ਭਾਅ ਜੀ ਕਾਫੀ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਹਾਂਜੀ, ਬਾਰਿਸ਼ ਕਰਕੇ ਭਾਅ ਜੀ ਪਾਣੀ ਭਰਿਆ ਪਿਆ ਸੀ ਪਿੱਛੇ ਘਰ ਦੇ ਪਿੱਛੇ, ਉਹਦੇ ਕਰਕੇ ਬਾਰਿਸ਼ ਹੋਣ ਕਰਕੇ ਮੀਂਹ ਦੇ ਵਿੱਚ ਪਾਣੀ ਪੈ ਕੇ ਡਿੱਗੀ, ਕੰਧ ਡਿੱਗੀ ਹੈ। ਪਿਛਲੇ ਪਾਸੇ ਪੈਲੀ ਸੀ ਜੀ, ਹਾਂਜੀ, ਉਹ ਸਾਰਾ ਪਾਣੀ ਜਾਂਦਾ ਰਿਹਾ ਅਤੇ ਉਹਦੇ ਕਰਕੇ ਫਿਰ ਕੰਧ ਡਿੱਗੀ ਥੱਲੇ। ਨਹੀਂ, ਲੈਂਟਰ ਦਾ ਡਿੱਗਾ ਨਹੀਂ, ਲੈਂਟਰ ਥੋੜ੍ਹਾ ਟੇਢਾ ਹੋ ਗਿਆ, ਲੈਂਟਰ ਦਾ ਬਚਾਇਆ, ਡਿੱਗਣ 'ਤੇ ਖਤਰਾ ਹੀ ਹੈ ਲੈਂਟਰ ਦਾ ਵੀ। ਹਾਂਜੀ, ਸਾਰੇ ਤਿੰਨੇ ਮੇਰੇ ਸਿਸਟਰ, ਮੇਰੀ, ਮੇਰੇ ਪਾਪਾ, ਮੰਮਾ ਮੇਰੇ, ਤਿੰਨੇ ਕੰਧ ਥੱਲੇ ਹੀ ਮੈਂ ਕੱਢੇ ਸਾਰੇ, ਸਾਡੇ ਪਿੰਡ ਦੇ ਮੁੰਡੇ ਨਾਲ ਲੱਗ ਕੇ ਸਾਰਿਆਂ ਨੇ ਕਢਵਾਇਆ ਜੀ। ਹਾਂਜੀ, ਹਾਂਜੀ, ਸੱਟਾਂ ਮੇਰੇ ਮੰਮਾ ਮੇਰੇ ਦੇ, ਮੇਰੇ ਸਿਸਟਰ ਦੇ, 2 ਸਿਸਟਰ ਦੇ, 1 ਪਾਪਾ ਦੇ। ਹਾਂਜੀ, ਸੱਟਾਂ ਲੱਗੀਆਂ ਜੀ। ਗੱਲ ਪਤਾ ਹੋਈ, ਪਾਣੀ ਸੁੱਤੇ ਸੀ ਉਹ ਰਾਤ, ਅਤੇ ਪਾਣੀ ਨਾਲ ਹੀ ਕੰਧ ਜਿਹੜੀ ਉਹ ਬਾਰਿਸ਼ ਨਾਲ ਬਹੁਤ ਖਰਾਬ ਹੋ ਗਈ, ਅਤੇ ਸੁੱਤਿਆਂ ਪਿਆਉਣ 'ਤੇ ਡਿੱਗ ਪਈ, ਅਤੇ ਰੋਲੀ ਰਾਲੀ ਪਾਈ ਨਿਆਣਿਆਂ ਲੋਕਾਂ ਸਿਰ ਕਾਢੇ ਕੁੜੀ ਦਿੱਤੀ, ਅਤੇ ਮੂੰਹ ਹੀ ਦੇਖਦੇ ਸੀ ਉਹ, ਅਤੇ ਉਹ ਤਰ੍ਹਾਂ ਦੇ ਕੋਈ ਦੇਖਦਾ ਨਹੀਂ ਬੰਦਾ। ਨਿਸ਼ਾਨ ਨੂੰ ਵੀ ਸੱਟ ਲੱਗੀ, ਦੂਜੇ ਸਾਰਿਆਂ ਨੂੰ ਲੱਗ ਗਈਆਂ ਸੱਟਾਂ, 4 ਜੀ ਆ। 5ਵਾਂ ਤਾਂ ਵਿਚਾਰਾ ਪਾਣੀ 'ਚ ਡਿੱਗਾ ਸੀ, ਪਾਣੀ 'ਚੋਂ ਕੱਢ ਕੇ ਲਿਆਉਂਦਾ ਵਿਚਾਰੇ ਮੁੰਡਿਆਂ ਨੇ। ਇੱਧਰ ਹਵੇਲੀ 'ਚ ਪੱਠੇ, ਸਾਡੀ ਹਵੇਲੀ ਆ, ਨਾਲ ਆਪਾਂ ਪੱਠੇ ਪਾਉਂਦੇ ਪਏ ਹਾਂ, ਇਹਨਾਂ ਦੀਆਂ ਡਾਡਾ ਬਹੁਤ ਨਿਕਲੀਆਂ ਵਾ, ਅਤੇ ਉਹ ਕੰਧ ਜਿਹੜੀ ਸਾਰੀ ਇਹਨਾਂ ਦੇ ਉੱਤੇ ਡਿੱਗ ਗਈ ਆ। ਇਹਨਾਂ ਦਾ ਮੂੰਹ ਨਹੀਂ ਲੱਭਦਾ ਪਿਆ, ਬਸ ਥੋੜ੍ਹੇ ਥੋੜ੍ਹੇ ਵਾਲ ਲੱਭਦੇ ਪਏ ਸੀ, ਬਹੁਤ ਚਾਂਗਰਾ ਕੁੜੀਆਂ ਮਾਰਦੀਆਂ ਸੀ, ਫਿਰ ਮੇਰੇ ਘਰ ਵਾਲੇ ਨੇ ਰੌਲਾ ਰਾਲਾ ਪਾਇਆ, ਬੰਦੇ ਬੰਦੇ ਇਕੱਠੇ ਕੀਤੇ ਆ, ਉਹਨਾਂ ਨੂੰ ਕੱਢਿਆ ਵਾ, ਅਤੇ ਘਰ ਵਾਲਾ ਤਾਂ ਉਹਨਾਂ ਦਾ ਅੱਗੇ ਹੈਂਡੀਕੈਪ ਸੀ, ਅਤੇ ਉਹ ਵਿਚਾਰੀ ਆਪ ਕਰਦੀ, ਆਪ ਕਮਾਉਂਦੀ, ਆਪ ਖਾਂਦੀ ਸੀ, ਅਤੇ ਹੁਣ ਵਿਚਾਰੇ ਕਿਸ ਤਰ੍ਹਾਂ ਖਾਣਗੇ। ਹੁਣ ਉਹਨਾਂ ਨੂੰ ਗੁਰਦਾਸਪੁਰ ਲੈ ਗਿਆ, 2 ਜਣੇ ਕਲਾ ਨੋ ਰਿਹਾ, 2 ਜਣੇ ਗੁਰਦਾਸਪੁਰ ਆ, 4 ਜਣਿਆਂ ਨੂੰ ਬਹੁਤ ਸੱਟਾਂ ਲੱਗੀਆਂ।